ਜਿਵੇਂ ਕਿ ਸਾਰਿਆਂ ਨੂੰ ਪਤਾ ਹੈਗਾ ਕਿ ਨਸ਼ਿਆਂ ਵਿਰੁੱਧ ਗੁਰਦਾਸਪੁਰ ਪੁਲਿਸ ਕਾਫੀ ਜ਼ੋਰੋ ਸ਼ੋਰੋ ਦੇ ਨਾਲ ਕੰਮ ਕਰ ਰਹੀ ਹੈ ਅਤੇ ਹੁਣ ਤੱਕ ਅਸੀਂ ਜਿਹੜੇ ਤਸਕਰ ਹੁੰਦੇ ਸੀ ਉਹਨਾਂ ਦੇ ਵਿਰੁੱਧ ਕਾਰਵਾਈ ਕਰਦੇ ਸੀ ਜੋ NDPS ਐਕਟ ਮੁਤਾਬਿਕ। ਹੁਣ ਅਸੀਂ ਅੱਗੇ ਵੱਧ ਕੇ ਜਿਹੜਾ ਹੋਰ ਵੀ ਪ੍ਰਾਵਧਾਨ ਹੈਗੇ ਜਿਸ ਦੇ ਵਿੱਚ ਨਸ਼ੇ ਤਸਕਰਾਂ ਦੀ ਪ੍ਰੋਪਰਟੀ ਅਤੇ ਉਹਨਾਂ ਦੀ ਸਮਗਲਿੰਗ ਦੇ ਰਾਹੀਂ ਉਹਨਾਂ ਨੇ ਜੋ ਕਮਾਈ ਕੀਤੀ ਹੈ ਉਸ ਕਮਾਈ ਦੇ ਜ਼ਰੀਏ ਜੋ ਵੀ ਪ੍ਰੋਪਰਟੀ ਉਹਨਾਂ ਨੇ ਬਣਾਈ ਹੈ ਉਹਦੇ 'ਤੇ ਹੁਣ ਅਸੀਂ ਕਾਰਵਾਈ ਕਰ ਰਹੇ ਹਾਂ। ਤੋ ਅੱਜ ਅਸੀਂ ਉਹਦੇ ਹੀ ਰਿਗਾਰਡਿੰਗ ਤੁਹਾਡੇ ਜ਼ਰੀਏ ਦੱਸਣਾ ਚਾਹੁੰਦੇ ਹਾਂ ਕਿ ਇੱਦਾਂ ਦੇ 3 ਸਮਗਲਰਸ ਹੈਗੇ ਜਿਨ੍ਹਾਂ ਦੇ ਖਿਲਾਫ ਅਸੀਂ ਹੁਣ 68F ਦੇ ਵਿੱਚ ਕਾਰਵਾਈ ਕੀਤੀ ਹੈ ਅਤੇ ਸਾਨੂੰ ਕੰਪੀਟੈਂਟ ਅਥਾਰਿਟੀ ਦਿੱਲੀ ਤੋਂ ਆਰਡਰਸ ਵੀ ਮਿਲ ਚੁੱਕੇ ਹਨ ਅਤੇ ਉਹਨਾਂ ਦੀ ਜਿਹੜੀ ਪ੍ਰੋਪਰਟੀ ਜਿਸਦੀ ਕੁੱਲ ਕੀਮਤ 52 ਲੱਖ ਤੋਂ ਵੱਧ ਹੈ ਉਹਨੂੰ ਫਰੀਜ਼ ਕਰਨ ਜਾ ਰਹੇ ਹਾਂ ਔਰ ਇੰਪਲੀਮੈਂਟ ਕਰਨ ਜਾ ਰਹੇ ਹਾਂ। ਇਹ 3 ਸਮਗਲਰ ਸੀਗੇ ਇਹਨਾਂ ਦੇ ਵਿਰੁੱਧ NDPS ਐਕਟ ਦੇ ਵਿੱਚ ਕੇਸਿਸ ਰਜਿਸਟਰਡ ਸੀ ਜੋ ਨਸ਼ੇ ਤਸਕਰੀ ਦੇ ਵਿੱਚ ਇਨਵੋਲਵ ਰਹਿੰਦੇ ਸੀ। 2021 ਦੇ ਕੇਸ ਹੈ, ਇੱਕ 2022 ਦਾ ਕੇਸ ਹੈ। ਇਹਦੇ ਵਿੱਚ ਅਸੀਂ ਇਹਨਾਂ ਦੀ ਪ੍ਰੋਪਰਟੀਜ਼ ਜਿਹੜੀ ਹੈਗੀ ਜੋ ਵੀ ਇਹਨਾਂ ਨੇ ਬਣਾਈ ਹੈ ਉਹਦੀ ਪਹਿਲਾਂ ਜਿਹੜੇ ਹੈ ਐਸਟੀਮੇਟ ਮਤਲਬ ਉਹਦਾ ਰਿਕਾਰਡ ਲੈ ਕੇ ਫਿਰ ਉਹਨੂੰ ਅਸੀਂ ਪ੍ਰਪੋਜ਼ਲ ਤਿਆਰ ਕੀਤਾ ਅਤੇ ਉਹ ਕੰਪੀਟੈਂਟ ਅਥੋਰਿਟੀ ਵਿੱਚ ਭੇਜਿਆ ਹੈ। ਉੱਥੇ ਇਹਨਾਂ ਦੀ ਹੀਅਰਿੰਗ ਹੋਈ ਹੈ, ਬਕਾਇਦਾ ਇਹਨਾਂ ਨੂੰ ਮੌਕਾ ਦਿੱਤਾ ਗਿਆ। ਉਸ ਤੋਂ ਬਾਅਦ ਫਿਰ ਉਹਨਾਂ ਨੇ ਹੀਅਰਿੰਗ ਕਰਨ ਤੋਂ ਬਾਅਦ ਆਪਣਾ ਜਜਮੈਂਟ ਦਿੱਤਾ। ਉਸ ਦੇ ਬੇਸਿਸ 'ਤੇ ਹੁਣ ਇਹਨਾਂ 'ਤੇ ਇੱਕ ਫਾਈਨੈਂਸ਼ੀਅਲ ਜਿਹੜਾ ਹੈ ਝਟਕਾ ਜੋ ਉਹਨੂੰ ਲੱਗਣ ਜਾ ਰਿਹਾ। ਹਾਂਜੀ, ਕੁੱਲ 13 ਕੇਸਿਸ ਅਸੀਂ ਹੁਣ ਤਿਆਰ ਕੀਤੇ ਹਾਂ, ਉਹਦੇ 'ਤੇ ਵੀ ਬੜੀ ਛੇਤੀ ਕਾਰਵਾਈ ਕਰਨ ਜਾ ਰਹੇ ਹਾਂ। ਹਾਂਜੀ, ਇਹ ਗੁਰਦਾਸਪੁਰ ਦੇ ਵਿੱਚ ਪਹਿਲੀ ਵਾਰੀ ਹੋਇਆ ਕਿਉਂਕਿ ਇਹ 68F ਦਾ ਜਿਹੜਾ ਸੈਕਸ਼ਨ ਹੈ ਇਹ ਬੜਾ ਹੀ ਪਾਵਰਫੁਲ ਸੈਕਸ਼ਨ ਹੈ। ਇਹਦੇ ਵਿੱਚ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਕੇ ਨਾ ਸਿਰਫ ਉਹ ਬੰਦਾ ਜਿਹੜਾ ਕਿ ਸਪੋਟ 'ਤੇ ਫੜਿਆ ਜਾਂਦਾ ਪਰ ਉਹਦੇ ਨਾਲ ਲਿੰਕਡ ਜਿਹੜੇ ਬਾਕੀ ਬੰਦੇ ਹੈਗੇ ਜਿਨ੍ਹਾਂ ਨੇ ਪ੍ਰੋਪਰਟੀ ਬਣਾਈ ਹੈ ਅਤੇ ਉਹ ਪੈਸੇ ਦਾ ਡਿਸਟ੍ਰੀਬਿਊਸ਼ਨ ਕੀਤਾ ਹੈ ਅਤੇ ਉਸ ਕਮਾਈ ਰਾਹੀਂ ਉਹਨਾਂ ਨੇ ਆਪਣੇ ਕੋਠੀਆਂ ਬਣਾਈਆਂ, ਜਦੋਂ ਅਸੀਂ ਕਹਿੰਦੇ ਹਾਂ ਕਿ ਸਮਗਲਰਾਂ ਨੇ ਵੱਡੇ ਵੱਡੇ ਘਰ ਬਣਾਏ ਤਾਂ ਉਹ ਸਾਰੇ ਘਰਾਂ 'ਤੇ ਅਸੀਂ ਹੁਣ ਕਾਰਵਾਈ ਕਰਨ ਜਾ ਰਹੇ ਹਾਂ ਅਤੇ ਉਹਨਾਂ ਨੂੰ ਹਾਂਜੀ ਇਹ ਪ੍ਰੋਪਰਟੀ ਅਟੈਚਮੈਂਟ ਦਾ ਜਿਹੜਾ ਮਤਲਬ ਹੈਗਾ ਉਹ SHO ਆਪਣੇ ਲੈਵਲ 'ਤੇ ਪਹਿਲੇ ਆਰਡਰ ਕਰਦੇ ਹਨ ਅਤੇ ਉਸ ਤੋਂ ਬਾਅਦ ਇਹਨੂੰ ਕਨਫਰਮੇਸ਼ਨ ਆਰਡਰ ਆਉਂਦਾ ਜਿਹਦੀ ਪੂਰੀ ਇੱਕ ਪ੍ਰਕਿਰਿਆ ਹੁੰਦੀ ਹੈ, ਕਾਨੂੰਨੀ ਕਾਰਵਾਈ ਹੁੰਦੀ ਹੈ। ਪ੍ਰੋਪਰਟੀ ਸੀਜ਼ ਹੋ ਜਾਣਾ ਉਹਦਾ ਮਤਲਬ ਇਹ ਹੁੰਦਾ ਕਿ ਹੁਣ ਉਹ ਪ੍ਰੋਪਰਟੀ ਨੂੰ ਵੇਚ ਨਹੀਂ ਸਕਦਾ ਅੱਗੇ ਅਤੇ ਉਹਦੇ ਰਾਹੀਂ ਕੋਈ ਕਮਾਈ ਨਹੀਂ ਕਰ ਸਕਦਾ। ਜਿਵੇਂ ਕਿ ਸਾਰਿਆਂ ਨੂੰ ਪਤਾ ਹੈਗਾ ਕਿ ਨਸ਼ਿਆਂ ਵਿਰੁੱਧ ਗੁਰਦਾਸਪੁਰ ਪੁਲਿਸ ਕਾਫੀ ਜ਼ੋਰੋ ਸ਼ੋਰੋ ਦੇ ਨਾਲ ਕੰਮ ਕਰ ਰਹੀ ਹੈ ਅਤੇ ਹੁਣ ਤੱਕ ਅਸੀਂ ਜਿਹੜੇ ਤਸਕਰ ਹੁੰਦੇ ਸੀ ਉਹਨਾਂ ਦੇ ਵਿਰੁੱਧ ਕਾਰਵਾਈ ਕਰਦੇ ਸੀ ਜੋ NDPS ਐਕਟ ਮੁਤਾਬਿਕ। ਹੁਣ ਅਸੀਂ ਅੱਗੇ ਵੱਧ ਕੇ ਜਿਹੜਾ ਹੋਰ ਵੀ ਪ੍ਰਾਵਧਾਨ ਹੈਗੇ ਜਿਸ ਦੇ ਵਿੱਚ ਨਸ਼ੇ ਤਸਕਰਾਂ ਦੀ ਪ੍ਰੋਪਰਟੀ ਅਤੇ ਉਹਨਾਂ ਦੀ ਸਮਗਲਿੰਗ ਦੇ ਰਾਹੀਂ ਉਹਨਾਂ ਨੇ ਜੋ ਕਮਾਈ ਕੀਤੀ ਹੈ ਉਸ ਕਮਾਈ ਦੇ ਜ਼ਰੀਏ ਜੋ ਵੀ ਪ੍ਰੋਪਰਟੀ ਉਹਨਾਂ ਨੇ ਬਣਾਈ ਹੈ ਉਹਦੇ 'ਤੇ ਹੁਣ ਅਸੀਂ ਕਾਰਵਾਈ ਕਰ ਰਹੇ ਹਾਂ। ਤੋ ਅੱਜ ਅਸੀਂ ਉਹਦੇ ਹੀ ਰਿਗਾਰਡਿੰਗ ਤੁਹਾਡੇ ਜ਼ਰੀਏ ਦੱਸਣਾ ਚਾਹੁੰਦੇ ਹਾਂ ਕਿ ਇੱਦਾਂ ਦੇ 3 ਸਮਗਲਰਸ ਹੈਗੇ ਜਿਨ੍ਹਾਂ ਦੇ ਖਿਲਾਫ ਅਸੀਂ ਹੁਣ 68F ਦੇ ਵਿੱਚ ਕਾਰਵਾਈ ਕੀਤੀ ਹੈ ਅਤੇ ਸਾਨੂੰ ਕੰਪੀਟੈਂਟ ਅਥਾਰਿਟੀ ਦਿੱਲੀ ਤੋਂ ਆਰਡਰਸ ਵੀ ਮਿਲ ਚੁੱਕੇ ਹਨ ਅਤੇ ਉਹਨਾਂ ਦੀ ਜਿਹੜੀ ਪ੍ਰੋਪਰਟੀ ਜਿਸਦੀ ਕੁੱਲ ਕੀਮਤ 52 ਲੱਖ ਤੋਂ ਵੱਧ ਹੈ ਉਹਨੂੰ ਫਰੀਜ਼ ਕਰਨ ਜਾ ਰਹੇ ਹਾਂ ਔਰ ਇੰਪਲੀਮੈਂਟ ਕਰਨ ਜਾ ਰਹੇ ਹਾਂ। ਇਹ 3 ਸਮਗਲਰ ਸੀਗੇ ਇਹਨਾਂ ਦੇ ਵਿਰੁੱਧ NDPS ਐਕਟ ਦੇ ਵਿੱਚ ਕੇਸਿਸ ਰਜਿਸਟਰਡ ਸੀ ਜੋ ਨਸ਼ੇ ਤਸਕਰੀ ਦੇ ਵਿੱਚ ਇਨਵੋਲਵ ਰਹਿੰਦੇ ਸੀ। 2021 ਦੇ ਕੇਸ ਹੈ, ਇੱਕ 2022 ਦਾ ਕੇਸ ਹੈ। ਇਹਦੇ ਵਿੱਚ ਅਸੀਂ ਇਹਨਾਂ ਦੀ ਪ੍ਰੋਪਰਟੀਜ਼ ਜਿਹੜੀ ਹੈਗੀ ਜੋ ਵੀ ਇਹਨਾਂ ਨੇ ਬਣਾਈ ਹੈ ਉਹਦੀ ਪਹਿਲਾਂ ਜਿਹੜੇ ਹੈ ਐਸਟੀਮੇਟ ਮਤਲਬ ਉਹਦਾ ਰਿਕਾਰਡ ਲੈ ਕੇ ਫਿਰ ਉਹਨੂੰ ਅਸੀਂ ਪ੍ਰਪੋਜ਼ਲ ਤਿਆਰ ਕੀਤਾ ਅਤੇ ਉਹ ਕੰਪੀਟੈਂਟ ਅਥੋਰਿਟੀ ਵਿੱਚ ਭੇਜਿਆ ਹੈ। ਉੱਥੇ ਇਹਨਾਂ ਦੀ ਹੀਅਰਿੰਗ ਹੋਈ ਹੈ, ਬਕਾਇਦਾ ਇਹਨਾਂ ਨੂੰ ਮੌਕਾ ਦਿੱਤਾ ਗਿਆ। ਉਸ ਤੋਂ ਬਾਅਦ ਫਿਰ ਉਹਨਾਂ ਨੇ ਹੀਅਰਿੰਗ ਕਰਨ ਤੋਂ ਬਾਅਦ ਆਪਣਾ ਜਜਮੈਂਟ ਦਿੱਤਾ। ਉਸ ਦੇ ਬੇਸਿਸ 'ਤੇ ਹੁਣ ਇਹਨਾਂ 'ਤੇ ਇੱਕ ਫਾਈਨੈਂਸ਼ੀਅਲ ਜਿਹੜਾ ਹੈ ਝਟਕਾ ਜੋ ਉਹਨੂੰ ਲੱਗਣ ਜਾ ਰਿਹਾ। ਹਾਂਜੀ, ਕੁੱਲ 13 ਕੇਸਿਸ ਅਸੀਂ ਹੁਣ ਤਿਆਰ ਕੀਤੇ ਹਾਂ, ਉਹਦੇ 'ਤੇ ਵੀ ਬੜੀ ਛੇਤੀ ਕਾਰਵਾਈ ਕਰਨ ਜਾ ਰਹੇ ਹਾਂ। ਹਾਂਜੀ, ਇਹ ਗੁਰਦਾਸਪੁਰ ਦੇ ਵਿੱਚ ਪਹਿਲੀ ਵਾਰੀ ਹੋਇਆ ਕਿਉਂਕਿ ਇਹ 68F ਦਾ ਜਿਹੜਾ ਸੈਕਸ਼ਨ ਹੈ ਇਹ ਬੜਾ ਹੀ ਪਾਵਰਫੁਲ ਸੈਕਸ਼ਨ ਹੈ। ਇਹਦੇ ਵਿੱਚ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਕੇ ਨਾ ਸਿਰਫ ਉਹ ਬੰਦਾ ਜਿਹੜਾ ਕਿ ਸਪੋਟ 'ਤੇ ਫੜਿਆ ਜਾਂਦਾ ਪਰ ਉਹਦੇ ਨਾਲ ਲਿੰਕਡ ਜਿਹੜੇ ਬਾਕੀ ਬੰਦੇ ਹੈਗੇ ਜਿਨ੍ਹਾਂ ਨੇ ਪ੍ਰੋਪਰਟੀ ਬਣਾਈ ਹੈ ਅਤੇ ਉਹ ਪੈਸੇ ਦਾ ਡਿਸਟ੍ਰੀਬਿਊਸ਼ਨ ਕੀਤਾ ਹੈ ਅਤੇ ਉਸ ਕਮਾਈ ਰਾਹੀਂ ਉਹਨਾਂ ਨੇ ਆਪਣੇ ਕੋਠੀਆਂ ਬਣਾਈਆਂ, ਜਦੋਂ ਅਸੀਂ ਕਹਿੰਦੇ ਹਾਂ ਕਿ ਸਮਗਲਰਾਂ ਨੇ ਵੱਡੇ ਵੱਡੇ ਘਰ ਬਣਾਏ ਤਾਂ ਉਹ ਸਾਰੇ ਘਰਾਂ 'ਤੇ ਅਸੀਂ ਹੁਣ ਕਾਰਵਾਈ ਕਰਨ ਜਾ ਰਹੇ ਹਾਂ ਅਤੇ ਉਹਨਾਂ ਨੂੰ ਹਾਂਜੀ ਇਹ ਪ੍ਰੋਪਰਟੀ ਅਟੈਚਮੈਂਟ ਦਾ ਜਿਹੜਾ ਮਤਲਬ ਹੈਗਾ ਉਹ SHO ਆਪਣੇ ਲੈਵਲ 'ਤੇ ਪਹਿਲੇ ਆਰਡਰ ਕਰਦੇ ਹਨ ਅਤੇ ਉਸ ਤੋਂ ਬਾਅਦ ਇਹਨੂੰ ਕਨਫਰਮੇਸ਼ਨ ਆਰਡਰ ਆਉਂਦਾ ਜਿਹਦੀ ਪੂਰੀ ਇੱਕ ਪ੍ਰਕਿਰਿਆ ਹੁੰਦੀ ਹੈ, ਕਾਨੂੰਨੀ ਕਾਰਵਾਈ ਹੁੰਦੀ ਹੈ।
प्रॉपर्टी सीज़ हो जाना उहदा मतलब इह हुंदा है कि हुण उह प्रॉपर्टी नूं बेच नहीं सकदा अगे ते उहदे राहीं कोई कमाई नहीं कर सकदा।